ਤੇ ਗਿੱਦੜਬਾਹਾ ਵਿੱਚ ਡੀਐਸਪੀ ਦੀ ਅਗਵਾਈ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਨਾਜਾਇਜ਼ ਰੂਪ ਵਿੱਚ ਚੱਲ ਰਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਇਆ। ਇਸ ਕਾਰਵਾਈ ਦੌਰਾਨ ਪੁਲਿਸ ਨੇ 88 ਪੇਟੀਆਂ ਤੋਂ ਵੱਧ ਸ਼ਰਾਬ ਵੀ ਬਰਾਮਦ ਕੀਤੀ ਹੈ। ਇਹ ਠੇਕਾ ਸ਼ਹਿਰ ਦੀ ਅਨਾਜ ਮੰਡੀ ਵਿੱਚ ਚੱਲ ਰਿਹਾ ਸੀ, ਜਿਸ ਦੀ ਸੂਚਨਾ ਐਸਡੀਐਮ ਕੋਲ ਮੀਡੀਆ ਦੇ ਜ਼ਰੀਏ ਪਹੁੰਚੀ ਸੀ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਠੇਕੇ ਤੇ ਤਾਲਾ ਜੜ ਦਿੱਤਾ ਗਿਆ। ਉਧਰ ਪੁਲਿਸ ਨੇ ਇਸ ਸੰਬੰਧ 'ਚ ਬਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਨਜ਼ੂਰੀ ਵਗੈਰਾ ਲਈ ਵੀ ਹੈ ਤੁਹਾਡੇ ਕੋਲ ਕੋਈ? ਪਤਾ ਨਹੀਂ, ਹੁਣ ਪਾਊਗਾ ਨਾ ਪਤਾ। ਹਾਂਜੀ ਪਾਊਗਾ ਨਾ ਪਤਾ, ਤੁਹਾਨੂੰ ਨਹੀਂ ਪਤਾ ਕੁਛ ਵੀ? ਇਹ ਆਪਾਂ ਚੈੱਕ ਕਰ ਲੈਂਦੇ ਜੀ, ਐਕਸਾਈਜ਼ ਵਾਲਿਆਂ ਨਾਲ ਗੱਲ ਕਰ ਲੈਂਦੇ ਹਾਂ ਵੀ ਉਹਨਾਂ ਨੇ ਖੋਲੀਆਂ ਕਿ ਨਹੀਂ ਖੋਲੀਆਂ ਹੈਗੀਆਂ। ਐਕਸਾਈਜ਼ ਦਾ ਬੇਸਿਕਲੀ ਐਕਸਾਈਜ਼ ਦਾ ਕੰਮ ਆ, ਉਹ ਚੈੱਕ ਕਰ ਲੈਂਦੇ। ਕੱਲ੍ਹ ਸਾਨੂੰ ਸੂਚਨਾ ਮਿਲੀ ਸੀ ਕਿ ਜਿਹੜੀ ਮੇਨ ਮੰਡੀ ਆ ਉਹਦੇ ਵਿੱਚ ਕਿਸੇ ਦੁਕਾਨ ਵਿੱਚ ਨਜਾਇਜ਼ ਤਰੀਕੇ ਨਾਲ ਦਾਰੂ ਵੇਚੀ ਜਾ ਰਹੀ ਹੈ। SHO ਸਿਟੀ ਨੂੰ ਮੌਕੇ 'ਤੇ ਤਾਕੀਦ ਕੀਤੀ ਗਈ, ਪੁਲਿਸ ਨੇ ਜਾ ਕੇ ਰੇਡ ਕੀਤੀ ਅਤੇ ਜਿੱਥੇ ਤੱਕ ਪਤਾ ਲੱਗਿਆ ਕੁਛ ਸਮਾਨ ਬਰਾਮਦ ਵੀ ਹੋਇਆ ਹੈ। ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ।